ਤੁਸੀਂ ਵੀ ਆਪਣੇ ਪਿਓ ਦਾਦਿਆਂ ਨੂੰ ਕਬਰਾਂ ਚੋਂ ਕੱਢ ਕੇ ਤੇ ਇੱਕ ਵਾਰੀ ਪਿੰਡਾਂ ਦੇ ਖੰਭਿਆਂ ਨਾਲ ਟੰਗੋ। ਇਹ 5-5 ਕਰੋੜ ਦੀਆਂ ਕੋਠੀਆਂ ਪਿੰਡ 'ਚ ਬਣਾ ਕੇ ਇੰਜਨਾਂ ਦੀਆਂ ਮਮਟੀਆਂ ਕੱਢ ਕੇ ਹਰ ਸਾਲ ਰੰਗ ਦਾ ਖਰਚਾ ਆਪਣੇ ਸਿਰ ਲੈ ਲੈਂਦੇ ਆ। ਮੈਂ ਉਹਨੂੰ ਕਵਰ ਚੋਂ ਕੱਢ ਕੇ ਉਹਦੀ ਫੋਟੋ ਵੱਡੀ ਸਾਰੀ ਫਿਰ ਖੰਭਿਆਂ ਨਾਲ ਟੰਗ ਦਿੱਤੀ। ਹੁਣ ਤੁਹਾਡੇ ਪੰਜਾਬ ਦਾ ਮਰਕਜ਼ ਹੈ ਲਾਹੌਰ, ਉੱਥੇ ਏਅਰਪੋਰਟ ਬਣ ਗਿਆ, ਜਹਾਜ਼ ਲੈਣੇ ਚੜ੍ਹਨੇ ਸ਼ੁਰੂ ਹੋ। ਹੁਣ ਸਾਰੇ ਪੰਜਾਬ ਦੇ ਪਿੰਡ ਤੇ ਸ਼ਹਿਰ ਕਹਿਣ ਲੱਗ ਪੈਣ ਸਾਡੇ ਵੀ ਜਹਾਜ਼ ਚੜ੍ਹਨ ਤੇ ਲੈਣ, ਇੱਕੋ ਵਾਰੀ ਤੇ ਹੋ ਨਹੀਂ ਸਕਦਾ। ਹੋ ਸਕਦਾ ਅੱਜ ਤੋਂ 100 ਸਾਲ ਬਾਅਦ ਹਰ ਸ਼ਹਿਰ ਚ ਇੱਕ ਛੋਟ ਬਣ ਜਾਏ। ਇਸੇ ਤਰ੍ਹਾਂ ਚੌਧਰੀ ਪਰਵੇਜ਼ ਲਾਈ ਸਾਹਿਬ ਦਾ 1-1-2-2 ਇੱਕ ਬਹੁਤ ਵੱਡਾ ਕਾਰਨਾਮਾ ਹੈ ਪਾਕਿਸਤਾਨ ਪੰਜਾਬ ਦੇ ਲੋਕਾਂ ਤੇ, ਇੱਕ ਬਹੁਤ ਵੱਡਾ ਉਹਨਾਂ ਦਾ ਮੈਂ ਤੇ ਸਮਝਣਾ ਆਸਾਨ ਹੈ ਕਿ ਜਿਹੜੇ ਮਰੀਜ਼ ਫੌਰੀ ਤੌਰ ਤੇ ਤਮਾਮ ਤਰ ਸਹੂਲਤ ਔਰ ਮੈਡੀਕਲ ਐਡ ਵੀ ਉਹਨਾਂ ਲੱਭਦੀ ਤੇ ਉਹ ਹਸਪਤਾਲ ਚ ਪਹੁੰਚ ਜਾਂਦੇ। ਇਹ ਸਿਸਟਮ ਸ਼ੁਰੂ ਹੋਇਆ ਸਾਡੇ ਮੌਜੂਦ ਵਸਾਇਲ ਨੇ ਜੀ। ਅਸਲ ਗੱਲ ਰਾਜਾ ਸਾਹਿਬ ਮੋਤਰਮ ਵਸਾਇਲ ਦੀ, ਸਾਡੇ ਗੌਰਮੈਂਟਾਂ ਕੋਲ ਬੇਪਨਾਹ ਪੈਸਾ ਨਹੀਂ ਜੀ। ਉਹਨਾਂ ਕੋਲ ਜਿੰਨੇ ਪੈਸੇ ਹੁੰਦੇ ਨੇ ਜੀ, ਉਹਨੇ ਫੰਡ ਬਣਾ ਕੇ ਉਹ ਕੋਈ ਵੀ ਤਰੱਕੀਆਤੀ ਕੰਮ ਹੋਵੇ ਤੇ ਉਹਨੂੰ ਵਧਾਉਂਦੇ ਜਾਂਦੇ। ਮੈਨੂੰ ਉਮੀਦ ਹੈ ਅਗਲੇ 5-10 ਸਾਲ, 10 ਸਾਲ ਮੈਕਸੀਮਮ 10 ਸਾਲ ਵਿੱਚ ਹਰ ਪਿੰਡ 'ਚ ਇੱਕ 1-1-2-2 ਦੀ ਗੱਡੀ ਖਲੋਤੀ ਹੋਵੇ। ਅਗਰ ਅਸੀਂ ਆਪਣੇ ਤੌਰ ਤੇ, ਮੇਰੇ ਦੋਸਤ ਨੇ ਜੀ ਆਸਫ ਸਾਹਿਬ ਭਾਗੋਵਾਲ ਤੋਂ, ਅੱਲਾ ਉਹਨਾਂ ਨੂੰ ਖੁਸ਼ ਰੱਖੇ, ਉਹਨਾਂ ਨੇ ਆਪਣੇ ਕੋਲੋਂ ਕੋਈ 1 ਕਰੋੜ ਰੁਪਇਆ ਖਰਚ ਕਰਕੇ 1-1-2-2 ਦਾ ਆਫਿਸ ਵੀ ਬਣਾ ਦਿੱਤਾ, ਗੱਡੀ ਵੀ ਲੈ ਆਉਂਦੀ ਹੈ, ਉਹ 15-20 ਪਿੰਡਾਂ ਨੂੰ ਉਹਦੀ ਸਹੂਲਤ ਵੀ ਲੱਭ ਗਈ ਹੈ। ਇਸੇ ਤਰ੍ਹਾਂ ਅਸੀਂ ਬੈਰੂਨੇ ਮੁਲਕ ਵਾਲੇ ਥੋੜਾ ਬਹੁਤ ਆਪੀ ਵੀ ਆਸਰਾ ਕਰੀਏ। 5-5 ਕਰੋੜ ਦੀਆਂ ਕੋਠੀਆਂ ਪਿੰਡ 'ਚ ਬਣਾ ਕੇ ਇੰਜਨਾਂ ਦੀਆਂ ਮਮਟੀਆਂ ਕੱਢ ਕੇ ਹਰ ਸਾਲ ਰੰਗ ਦਾ ਖਰਚਾ ਆਪਣੇ ਸਿਰ ਲੈ ਲੈਂਦੇ ਹਾਂ। ਉਹਦੇ ਨਾਲ ਕੋਈ ਐਸਾ ਕੰਮ ਕਰ ਜਾਈਏ ਜੀ ਜਿਹੜਾ ਸਾਡੇ ਪਿਓ ਦਾਦਿਆਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਵੇ। ਮੈਂ ਫਿਰ ਬੈਰੂਨੇ ਮੁਲਕ ਵਾਲਿਆਂ ਬੰਦਿਆਂ ਨੂੰ ਇੱਕ ਪੈਗਾਮ ਦੇਣਾ, ਮੇਰਾ ਖਸੂਸੀ ਤੌਰ ਤੇ ਤੁਹਾਡੇ ਵਾਸਤੇ ਪੈਗਾਮ ਹੈ। ਮੇਰਾ ਇੱਕ ਦੋਸਤ ਹੈ ਜੀ, ਉਹਨੇ MNA ਦਾ ਇਲੈਕਸ਼ਨ ਲੜ ਲਿਆ। ਉਹ ਮੈਂ ਕਿਹਾ ਯਾਰ ਤੂੰ ਹੋਣਾ ਸ਼ੋਣਾ ਕੋਈ ਨਹੀਂ ਤੇ ਤੂੰ ਇਹ ਕੀ ਕੰਮ ਸ਼ੁਰੂ ਕੀਤੇ ਆ, ਤੇਰਾ ਕੋਈ ਬੜਾ ਤੇ 2000-4000 ਵੋਟ ਹੋਵੇਗਾ। ਉਹਨੇ ਆਖਿਆ ਚੌਧਰੀ ਮੈਨੂੰ ਪਤਾ ਮੈਂ ਕੋਈ ਨਹੀਂ ਹੋਣਾ, ਲੇਕਿਨ ਮੇਰਾ ਪਿਓ ਫਲਾਣਾ ਚੌਧਰੀ ਉਹਦਾ ਨਾਂ ਸੀ, ਉਹ ਕਦੋਂ ਦਾ ਕਬਰਸਤਾਨ ਲੋਕ ਭੁੱਲ ਭੱਲ ਗਏ ਸਨ। ਮੈਂ ਉਹਨੂੰ ਕਵਰ ਚੋਂ ਕੱਢ ਕੇ ਉਹਦੀ ਫੋਟੋ ਵੱਡੀ ਸਾਰੀ ਫਿਰ ਖੰਭਿਆਂ ਨਾਲ ਟੰਗ ਦਿੱਤੀ। ਬੰਦਿਆਂ ਨੂੰ ਫਿਰ ਪਤਾ ਲੱਗ ਗਿਆ ਕਿ ਫਲਾਣਾ ਚੌਧਰੀ ਤੇ ਫਲਾਣੇ ਦਾ ਫਲਾਣਾ ਪੁੱਤਰ। ਤੇ ਬੈਰੂਨੇ ਮੁਲਕ ਵਾਲਿਆਂ ਨੂੰ ਮੇਰਾ ਇੱਕ ਬਹੁਤ ਪਿਆਰਾ ਜਿਹਾ ਤੇ ਬੜਾ ਰਿਕੁਐਸਟ ਟਾਈਪ ਪੈਗਾਮ ਹੈ ਕਿ ਤੁਸੀਂ ਵੀ ਆਪਣੇ ਪਿਓ ਦਾਦਿਆਂ ਨੂੰ ਕਬਰਾਂ ਚੋਂ ਕੱਢ ਕੇ ਤੇ ਇੱਕ ਵਾਰੀ ਪਿੰਡਾਂ ਦੇ ਖੰਭਿਆਂ ਨਾਲ ਟੰਗੋ। ਪਤਾ ਲੱਗੇ ਇਹ ਫਲਾਣੇ ਦਾ ਪੁੱਤਰ ਆਇਆ ਤੇ ਫਲਾਣੇ ਦਾ ਪੋਤਰਾ ਆਇਆ, ਉਹਨੇ ਆਪਣੇ ਪਿੰਡ ਨੂੰ 1-1-2-2 ਦਾ ਗਿਫਟ ਕਰ ਦਿੱਤਾ, ਉਹਨੇ ਸਕੂਲ 'ਚ 2 ਕਮਰੇ ਬਣਵਾ ਦਿੱਤੇ ਨੇ, ਉਹਨੇ ਸੜਕ ਬਣਾ ਦਿੱਤੀ ਹੈ, ਸਫਾਈ ਸੁਥਰਾਈ ਵਾਸਤੇ ਇੱਕ ਰਕਸ਼ਾ ਲੈ ਦਿੱਤਾ, 2 ਬੰਦੇ ਮੁਲਾਜ਼ਮ ਰੱਖਦੇ ਨੇ ਜਿਹੜੇ ਪਿੰਡ ਦੀ ਸਫਾਈ ਕਰਿਆ ਕਰੋ, ਹਾਸਪਿਟਲ 'ਚ ਉਹਨਾਂ ਵਿੱਚ ਅਗਰ ਕੋਈ ਕਮੀ ਹੈ ਤੇ ਉਹਦੇ 'ਚ ਉਹਨੇ ਦਵਾਈਆਂ ਮੁਹੱਈਆ ਕਰ ਦਿੱਤੀਆਂ ਨੇ। ਇਸ ਤਰ੍ਹਾਂ ਦੇ ਰਲ ਮਿਲ ਕੇ ਅਸੀਂ ਛੋਟੇ ਛੋਟੇ ਕੰਮ ਕਰੀਏ, ਗੌਰਮੈਂਟ ਵੀ ਸਾਡੀ ਮਦਦ ਕਰੇ। ਇੱਥੇ ਜਨਾਬ 1-1-2-2 ਕੀ ਇੱਥੇ 2-2-2-2 ਖਲੋਤੀ ਹੋਵੇ ਹਰ ਘਰ ਦੇ ਬੂਹੇ ਦੇ,